ਇਹ ਮੋਟਰਸਾਈਕਲ ਦੋਵਾਂ ਦਾ ਐਕਸੀਡੈਂਟ ਹੋਇਆ ਜੀ। ਇੱਕ ਮੋਟਰਸਾਈਕਲ ਵਾਲੇ ਆ ਰਹੇ ਸੀ, ਬਾਬਾ ਬੜਾਸ ਨੂੰ ਮੱਥਾ ਟੇਕ ਕੇ ਆ ਰਹੇ ਸੀ, ਉਹਨੂੰ ਰਵੀ ਕੁਮਾਰ ਚਲਾ ਰਿਹਾ ਸੀ, ਉਹਦੀ ਨਾਲ ਵਾਈਫ ਸੀ, ਨਾਲ ਉਹਦੀ ਬੇਟੀ ਸੀ। ਦੂਜਾ ਮੋਟਰਸਾਈਕਲ ਜਿਹੜਾ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ, ਦੋਨਾਂ ਦਾ ਐਕਸੀਡੈਂਟ ਹੋਣ ਕਰਕੇ ਜਿਹੜਾ ਐਕਸੀਡੈਂਟ ਹੋਇਆ ਵਾ, ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦਾ ਮੋਟਰਸਾਈਕਲ, ਉਹਦੀ ਵਾਈਫ ਤੇ ਉਹਦੀ ਬੇਟੀ ਸੀ ਥੱਲੇ ਡਿੱਪੇ, ਉਹ ਡਿੱਗਣ ਦੇ ਨਾਲ ਟਿੱਪਰ ਥੱਲੇ ਉਹਦੀ ਬੇਟੀ ਆ ਗਈ, ਜਿਹਦੀ ਉਹਦੀ ਮੌਤ ਹੋ ਗਈ, ਉਹਦੀ ਜਿਹੜੀ ਵਾਈਫ ਦੀ ਵੀ ਮੌਤ ਹੋ ਚੁੱਕੀ ਸੀ। ਰਵੀ ਕੁਮਾਰ ਕਿੱਥੋਂ ਜੀ ਤੁਸੀਂ? ਚਲਾ ਗੁਰਦਾਸਪੁਰ ਤੱਕ, ਪਿੰਡ ਬੋਪੜੀ ਜੱਟਾ। ਅੱਛਾ ਜੀ, ਕੀ ਹੋਇਆ ਸੀਗਾ ਆਪਣੇ ਨਾਲ? ਖਲੋਤੀ ਤੇ ਮੈਂ ਖਲੋਤੇ ਦਾ ਸੀ ਥੋੜਾ ਜਿਹਾ, ਬਿਲਕੁਲ ਮਿੱਠਾ ਮਿੱਠਾ ਹੀ ਪਤਾ, ਰੋਟੀ ਕਰਦਾ ਸੀ, ਉਹਦੇ ਭੈਣ ਨੂੰ ਟਰੱਕ ਲਿਆ ਕੇ ਮਾਰਤਾ ਮੇਰੇ ਸਿੱਧਾ ਹੀ। ਅੱਛਾ ਜੀ, ਕਿਸੇ ਹੋਰ ਬਾਈਕ ਨਾਲ ਵੀ ਤੁਹਾਡਾ ਐਕਸੀਡੈਂਟ ਹੋਇਆ? ਨਹੀਂ, ਹੋਰ ਬਾਈਕ ਨਾਲ ਨਹੀਂ, ਟਰੱਕ ਨਾਲ ਹੋਇਆ ਸੀ। ਟਰੱਕ ਨਾਲ ਹੋਇਆ ਜੀ, ਉੱਥੇ ਹੀ ਲੱਗੇ ਦਾ ਟਰੱਕ। ਅੱਛਾ ਜੀ, ਤੇ ਤੁਹਾਡੇ ਨਾਲ ਕੌਣ ਕੌਣ ਸੀਗਾ ਜੀ? ਮੇਰੇ ਨਾਲ ਮੇਰੀ ਘਰ ਦੀ, ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ। ਹਾਂਜੀ, ਤੇ ਵਾਈਫ ਤੁਹਾਡੀ ਦਾ ਕੀ ਨਾਮ ਸੀਗਾ? ਮੁਸਕਾਨ। ਓਕੇ ਜੀ, ਤੇ ਬੱਚੀ ਦਾ? ਬੱਚੀ ਦਾ ਨਾਮ ਹਰਮਨ। ਉਹ ਨਹੀਂ ਲੱਭੇ ਘਰ ਦੀ, ਪਤਾ ਨਹੀਂ ਕੌਣ ਲੈ ਗਿਆ ਉਹਨੂੰ, ਉਹ ਕੁੜੀ ਸਮੀ ਗਈ ਆ ਮੇਰੇ ਹਿਸਾਬ ਨਾਲ। ਓਕੇ ਜੀ, ਦਾ ਪਤਾ 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 ਲੱਗਣਾ ਚਾਹੀਦਾ ਕਿਹਨੇ ਕਿਹਨੇ ਖਰੀ ਆ ਕੁੜੀ ਮੇਰੀ, ਉਹਦਾ ਵੀ ਪਤਾ ਲੱਗੇ ਕਰਦਾ, ਬੱਚੀ ਆ ਜਾ ਨਹੀਂ ਬੱਚੀ। ਠੀਕ ਹੈ ਜੀ, ਉਹਦਾ ਪਤਾ ਹੋਣਾ ਚਾਹੀਦਾ ਮੇਰੇ ਰਿਸ਼ਤੇਦਾਰ। ਤੁਸੀਂ ਕਿੱਥੋਂ ਆ ਰਹੇ ਸੀਗੇ? ਬਾਬੇ ਤੋਂ ਆਉਂਦੇ ਸੀ। ਓਕੇ ਜੀ, ਬਾਬਾ ਭੜਵਾ ਸਿੰਘ ਦੇ? ਹਾਂਜੀ। ਓਕੇ ਜੀ ਸਰ, ਅੱਜ ਐਕਸੀਡੈਂਟ ਹੋਇਆ, ਕੀ ਕਰਵਾਉਂਦੇ ਜੀ? ਇਹ ਮੋਟਰਸਾਈਕਲ ਦੋਵਾਂ ਦਾ ਐਕਸੀਡੈਂਟ ਹੋਇਆ ਜੀ। ਇੱਕ ਮੋਟਰਸਾਈਕਲ ਵਾਲੇ ਆ ਰਹੇ ਸੀ, ਉਹ ਰਾਸ ਨੂੰ ਮੱਥਾ ਟੇਕ ਕੇ ਆ ਰਹੇ ਸੀ, ਉਹਨੂੰ ਰਵੀ ਕੁਮਾਰ ਚਲਾ ਰਿਹਾ ਸੀ, ਉਹਦੀ ਨਾਲ ਵਾਈਫ ਸੀ, ਨਾਲ ਉਹਦੀ ਬੇਟੀ ਸੀ। ਦੂਜਾ ਮੋਟਰਸਾਈਕਲ ਜਿਹੜਾ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ, ਦੋਨਾਂ ਦਾ ਐਕਸੀਡੈਂਟ ਹੋਣ ਕਰਕੇ ਜਿਹੜਾ ਐਕਸੀਡੈਂਟ ਹੋਇਆ ਵਾ, ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਜਿਹੜਾ ਰਵੀ ਕੁਮਾਰ ਦਾ ਮੋਟਰਸਾਈਕਲ, ਉਹਦੀ ਵਾਈਫ ਤੇ ਉਹਦੀ ਬੇਟੀ ਸੀ ਥੱਲੇ ਡਿੱਪੇ, ਉਹ ਡਿੱਗਣ ਦੇ ਨਾਲ ਟਿੱਪਰ ਥੱਲੇ ਉਹਦੀ ਬੇਟੀ ਆ ਗਈ, ਜਿਹਦੀ ਉਹਦੀ ਮੌਤ ਹੋ ਗਈ, ਉਹਦੀ ਜਿਹੜੀ ਵਾਈਫ ਦੀ ਵੀ ਮੌਤ ਹੋ ਚੁੱਕੀ ਸੀ। ਮੇਰਾ ਨਾਮ ਸੁਰਜੀਤ ਕੁਮਾਰ ਹੈ ਜੀ, ਜ਼ਿਲ੍ਹਾ ਗੁਰਦਾਸਪੁਰ। ਘਟਨਾ ਇਹ ਹੋਈ ਹੈ ਜੀ, ਆਪਾਂ ਗਏ ਸੀਗੇ ਬਾਬਾ ਭੜਵਾ ਸਿੰਘ ਦੇ ਦਰਸ਼ਨ ਕਰਨ ਵਾਸਤੇ, ਔਰ ਉੱਥੇ ਵਾਪਸੀ ਕਰ ਰਹੇ ਸੀ, ਸਾਰੀ ਵਾਪਸੀ ਕਰਕੇ ਤੇ ਇੱਥੇ ਪਹੁੰਚੇ, ਤੁਹਾਡੇ ਆਪਣੇ ਮਕੇਰੀਆਂ ਏਰੀਆ ਦੇ ਲਾਗੇ ਸਾਗੇ। ਬਸ ਇੱਥੇ ਪਤਾ ਨੀ, ਮਤਲਬ ਕਿ ਮੈਂ ਤੇ ਪਿੱਛੇ ਹੀਗਾ ਤੇ ਮੇਰੇ ਅੱਗੇ ਚੱਲ ਰਿਹਾ ਜੀ, ਪਤਾ ਨੀ ਐਕਸੀਡੈਂਟ ਕਿਹੜੀ ਚੀਜ਼ ਨਾਲ ਹੋਇਆ, ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਟਕਰਾਇਆ ਜਾਂ ਟਿੱਪਰ ਥੱਲੇ ਆਏ ਆ, ਪਤਾ ਨੀ ਕੀ ਹਿਸਾਬ ਕਿਤਾਬ ਹੋਇਆ। ਮੇਰੇ ਚਾਚਾ ਜੀ ਦੀ ਉਹ ਉਹਨਾਂ ਦੀ ਮੇਰੀ ਮੇਰੀ ਭੈਣ ਹੀ ਸੀਗੀ, ਮੇਰੇ ਚਾਚਾ ਦੀ ਗੁੜੀਆ ਸੀਗੀ। ਇਹਦੇ ਚ ਮਾਰ ਲੈਣੀ ਸਕਰੀਨ, ਇਹਦੇ ਚ ਮਾਰ ਲੈਣੀ।